ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਸਮਾਕ ਅਤੇ ਚੌਲਾਂ ਦੀ ਖੀਰ ਬਣਾਵਾਂਗੇ। ਚਲੋ ਜੀ ਵੇਖ ਲੈਂਦੇ ਹਾਂ ਖੀਰ ਕਿਵੇਂ ਬਣਦੀ ਹੈ। ਇਹ ਖੀਰ ਬਣਾਉਣ ਦੇ ਲਈ ਮੈਂ ਥੋੜ੍ਹੇ ਜਿਹੇ ਚੌਲ ਲਏ ਨੇ। ਆਪਾਂ ਜਿੰਨੀ ਖੀਰ ਬਣਾਉਣੀ ਹੋਵੇ ਉਸ ਹਿਸਾਬ ਨਾਲ ਚੌਲ ਲੈ ਲਵਾਂਗੇ। ਚੌਲਾਂ ਨੂੰ ਸਾਫ਼ ਕਰਕੇ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਧੋ ਲਵਾਂਗੇ। ਜਿੰਨੀ ਦੇਰ ਚੌਲਾਂ ਦਾ ਪਾਣੀ ਸਾਫ਼ ਨਹੀਂ ਹੋ ਜਾਂਦਾ ਉਨੀ ਦੇਰ ਚੰਗੀ ਤਰ੍ਹਾਂ ਧੋ ਲਵਾਂਗੇ ਚੌਲਾਂ ਨੂੰ। ਮੈਂ ਚੌਲਾਂ ਨੂੰ ਚੰਗੀ ਤਰ੍ਹਾਂ ਧੋ ਲਿਆ ਹੈ। ਚੌਲਾਂ ਨੂੰ 15 ਕੁ ਮਿੰਟਾਂ ਦੇ ਲਈ ਭਿਉਂ ਕੇ ਰੱਖ ਦੇਵਾਂਗੇ। ਹੁਣ ਆਪਾਂ ਇਸਦੀ ਖੀਰ ਬਣਾ ਲਵਾਂਗੇ। ਉਸਦੇ ਲਈ ਆਪਾਂ 2 ਗਲਾਸ ਦੁੱਧ ਲਵਾਂਗੇ। ਬਰਤਨ ਦੇ ਵਿੱਚ 2 ਗਲਾਸ ਦੁੱਧ ਪਾਵਾਂਗੇ। ਦੁੱਧ ਨੂੰ ਉਬਾਲ ਲਵਾਂਗੇ। ਇਹ ਬਹੁਤ ਛੋਟੀ ਜਿਹੀ ਵੀਡੀਓ ਹੈ, ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ, ਬਿਲਕੁਲ ਸਕਿੱਪ ਨਾ ਕਰਿਓ ਜੀ ਵੀਡੀਓ ਨੂੰ। ਹੁਣ ਆਪਾਂ ਇਸ ਦੇ ਵਿੱਚ ਕੁਛ ਡਰਾਈ ਫਰੂਟਸ ਪਾਵਾਂਗੇ। ਇਹ ਖੀਰ ਬਹੁਤ ਟੇਸਟੀ ਬਣਦੀ ਹੈ ਜੀ। ਇਸ ਦੇ ਵਿੱਚ ਫਾਈਬਰ ਹੁੰਦੀ ਹੈ, ਇਹ ਬਹੁਤ ਹੈਲਦੀ ਹੈ। ਦੁੱਧ ਨੂੰ ਉਬਾਲ ਲਵਾਂਗੇ। ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ। ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਇਕਨ 'ਤੇ ਜਾ ਕੇ ਔਲ ਕਰ ਦਿਓ। ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ। ਇਸ ਤਰੀਕੇ ਨਾਲ ਬਹੁਤ ਹੀ ਟੇਸਟੀ ਖੀਰ ਬਣ ਕੇ ਤਿਆਰ ਹੁੰਦੀ ਹੈ। ਥੋੜ੍ਹੀ ਜਿਹੀ ਦਰਦਰੀ ਕੁੱਟੀ ਹੋਈ ਇਲਾਇਚੀ ਪਾਵਾਂਗੇ। ਇਸ ਦੇ ਨਾਲ ਬਹੁਤ ਵਧੀਆ ਟੇਸਟ ਆਏਗਾ ਖੀਰ ਦੇ ਵਿੱਚੋਂ। ਆਪਾਂ ਇਸ ਦੇ ਵਿੱਚ ਇਲਾਇਚੀ ਪਾਊਡਰ ਵੀ ਪਾ ਸਕਦੇ ਹਾਂ। ਦੁੱਧ ਨੂੰ ਵਿੱਚ ਵਿੱਚ ਦਿਖਲਾਉਂਦੇ ਰਵਾਂਗੇ। ਇਹ ਖੀਰ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਜੀ। ਜੇਕਰ ਆਪਾਂ ਇਸਨੂੰ ਇੱਕ ਵਾਰ ਟਰਾਈ ਕਰਕੇ ਦੇਖਾਂਗੇ ਤਾਂ ਆਪਾਂ ਇਸਨੂੰ ਵਾਰ ਵਾਰ ਬਣਾਵਾਂਗੇ। ਇਹ ਖੀਰ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ। ਇਹ ਖੀਰ ਨੂੰ ਵਰਤਾਂ ਵਿੱਚ ਬਣਾਇਆ ਜਾਂਦਾ ਹੈ। ਇਹ ਖੀਰ ਕਾਫ਼ੀ ਹੈਲਦੀ ਹੁੰਦੀ ਹੈ। ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ, ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ। ਅਸੀਂ ਆਪਣੇ ਚੈਨਲ 'ਤੇ ਰੋਜ਼ ਰੋਜ਼ ਨਵੀਂ ਨਵੀਂ ਵੀਡੀਓਜ਼ ਲੈ ਕੇ ਆਉਂਦੇ ਰਹਿੰਦੇ ਹਾਂ। ਇਸ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਜੋ ਆਪਾਂ ਚੌਲ ਭਿਉਂ ਕੇ ਰੱਖੇ ਸੀ ਉਹ ਇਸ ਤਰੀਕੇ ਦੇ ਹੋ ਚੁੱਕੇ ਨੇ। ਭਿਉਣ ਦੇ ਨਾਲ ਇਹ ਚੌਲ ਫੁੱਲ ਜਾਣਗੇ। ਦੁੱਧ ਨੂੰ ਇੱਕ ਉਬਾਲ ਆਉਣ ਦੇਵਾਂਗੇ। ਦੁੱਧ ਨੂੰ ਇੱਕ ਉਬਾਲ ਆਉਣ 'ਤੇ ਉਸਦੇ ਵਿੱਚ ਚੌਲ ਪਾਵਾਂਗੇ। ਵਾਰੀ ਵਾਰੀ ਕਰਕੇ ਸਾਰੇ ਚੌਲ ਪਾਵਾਂਗੇ ਦੁੱਧ ਦੇ ਵਿੱਚ। ਇਹ ਖੀਰ ਬਹੁਤ ਜਲਦੀ ਬਣ ਕੇ ਤਿਆਰ ਹੁੰਦੀ ਹੈ ਜੀ। ਜੇਕਰ ਆਪਾਂ ਇਸ ਖੀਰ ਨੂੰ ਇੱਕ ਵਾਰ ਖਾਵਾਂਗੇ ਤਾਂ ਆਪਾਂ ਇਸਨੂੰ ਵਾਰ ਵਾਰ ਬਣਾਵਾਂਗੇ। ਇਹ ਖੀਰ ਇੰਨੀ ਜ਼ਿਆਦਾ ਟੇਸਟੀ ਬਣਦੀ ਹੈ। ਦੁੱਧ ਦੇ ਵਿੱਚ ਮਿਕਸ ਕਰ ਲਵਾਂਗੇ ਚੌਲਾਂ ਨੂੰ। ਅਤੇ ਥੋੜ੍ਹੀ ਦੇਰ ਪਕਾ ਲਵਾਂਗੇ ਖੀਰ ਨੂੰ। ਮੈਂ ਇੱਥੇ ਚੌਲ ਆਪਣੇ ਹਿਸਾਬ ਨਾਲ ਲਏ ਨੇ। ਆਪਾਂ ਜਿੰਨੀ ਕੁ ਖੀਰ ਬਣਾਉਣੀ ਹੋਵੇ ਉਸ ਹਿਸਾਬ ਨਾਲ ਚੌਲ ਲੈ ਲਵਾਂਗੇ। ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਂ ਇਸ ਤੋਂ ਪਹਿਲਾਂ ਆਪਣੇ ਚੈਨਲ 'ਤੇ ਕਈ ਹੋਰ ਵੀਡੀਓਜ਼ ਵੀ ਪਾਈਆਂ ਨੇ ਜੀ, ਕਈ ਹੋਰ ਤਰ੍ਹਾਂ ਦੇ ਹਾਲ ਵੀ, ਕਈ ਹੋਰ ਤਰ੍ਹਾਂ ਦੀਆਂ ਸਬਜ਼ੀਆਂ ਅਤੇ ਸਨੈਕਸ ਦੀ ਵੀਡੀਓ ਵੀ ਅਸੀਂ ਆਪਣੇ ਚੈਨਲ 'ਤੇ ਪਾ ਰੱਖੀ ਹੈ। ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ।
ਵਿੱਚ ਵਿੱਚ ਦੀ ਹਿਲਾਉਂਦੇ ਰਵਾਂਗੇ ਖੀਰ ਨੂੰ। ਇਸ ਤੋਂ ਪਹਿਲਾਂ ਅਸੀਂ ਵਰਤਾਂ ਵਿੱਚ ਖਾਧੀ ਜਾਣ ਵਾਲੀ ਸਾਬੂਦਾਣੇ ਦੀ ਖਿਚੜੀ ਦੀ ਵੀਡੀਓ ਵੀ ਅਸੀਂ ਆਪਣੇ ਚੈਨਲ 'ਤੇ ਪਾ ਰੱਖੀ ਹੈ ਜੀ, ਤੁਸੀਂ ਉਹ ਵੀਡੀਓ ਵੀ ਜ਼ਰੂਰ ਦੇਖ ਸਕਦੇ ਹੋ। ਖੀਰ ਨੂੰ ਆਪਾਂ ਜ਼ਿਆਦਾ ਗਾੜਾ ਨਹੀਂ ਰੱਖਾਂਗੇ, ਇਹ ਖੀਰ ਨੂੰ ਆਪਾਂ ਵਰਤ ਲਈ ਬਣਾ ਰਹੇ ਹਾਂ। ਖੀਰ ਨੂੰ ਇਸੇ ਤਰੀਕੇ ਨਾਲ ਹੀ ਥੋੜ੍ਹੀ ਦੇਰ ਪਕਾ ਲਵਾਂਗੇ, ਵਿੱਚ ਵਿੱਚ ਦੀ ਹਿਲਾਉਂਦੇ ਰਵਾਂਗੇ। ਤੁਸੀਂ ਦੇਖ ਸਕਦੇ ਹੋ ਜੀ, ਦੁੱਧ ਗਾੜਾ ਹੋ ਕੇ ਸਾਈਡਾਂ ਦੇ ਨਾਲ ਲੱਗ ਰਿਹਾ ਹੈ, ਇਸ ਦੇ ਨਾਲ ਗਾੜੀ ਗਾੜੀ ਮਲਾਈਦਾਰ ਖੀਰ ਬਣੇਗੀ। ਦੁੱਧ ਨੂੰ ਆਪਾਂ ਉਬਾਲਾ ਦੇ ਕੇ ਵਿੱਚ ਵਿੱਚ ਹੀ ਪਕਾਵਾਂਗੇ, ਲੋਅ ਫਲੇਮ 'ਤੇ ਪਕਾ ਲਵਾਂਗੇ ਖੀਰ ਨੂੰ, ਵਿੱਚ ਵਿੱਚ ਦੀ ਹਿਲਾਉਂਦੇ ਰਵਾਂਗੇ। ਮੈਂ ਇਲਾਇਚੀ ਅਤੇ ਡਰਾਈ ਫਰੂਟਸ ਨੂੰ ਸ਼ੁਰੂ ਵਿੱਚ ਹੀ ਪਾ ਦਿੱਤਾ ਸੀ, ਇਸ ਦੇ ਨਾਲ ਬਹੁਤ ਵਧੀਆ ਟੇਸਟ ਆਏਗਾ ਖੀਰ ਦੇ ਵਿੱਚੋਂ। ਮੈਂ ਖੀਰ ਨੂੰ ਇਸ ਤਰੀਕੇ ਨਾਲ ਥੋੜ੍ਹਾ ਪਤਲਾ ਹੀ ਰੱਖਿਆ ਹੈ ਜੀ, ਇਹ ਖੀਰ ਠੰਡੀ ਹੋ ਕੇ ਗਾੜੀ ਆਪਣੇ ਆਪ ਹੋ ਜਾਏਗੀ। ਇਹ ਖੀਰ ਬਹੁਤ ਘੱਟ ਟਾਈਮ ਦੇ ਵਿੱਚ ਬਣ ਕੇ ਤਿਆਰ ਹੁੰਦੀ ਹੈ ਜੀ। ਹੁਣ ਆਪਾਂ ਇਸ ਦੇ ਵਿੱਚ ਸਵਾਦ ਅਨੁਸਾਰ ਚੀਨੀ ਪਾਵਾਂਗੇ, ਚੀਨੀ ਆਪਾਂ ਉਨੀ ਕੁ ਪਾਵਾਂਗੇ ਜਿੰਨਾ ਕੁ ਆਪਾਂ ਮਿੱਠਾ ਖਾਣਾ ਪਸੰਦ ਕਰਦੇ ਹਾਂ। ਮੈਂ ਇੱਥੇ ਜਿੰਨੇ ਚੌਲ ਲਏ ਸੀ ਉਨੀ ਹੀ ਚੀਨੀ ਪਾਈ ਹੈ। ਇਸ ਤੋਂ ਪਹਿਲਾਂ ਅਸੀਂ ਆਪਣੇ ਚੈਨਲ 'ਤੇ ਵਰਤ ਦੇ ਵਿੱਚ ਖਾਧੀਆਂ ਜਾਣ ਵਾਲੀਆਂ ਹੋਰ ਰੈਸਪੀਜ਼ ਦੀ ਵੀਡੀਓ ਵੀ ਆਪਣੇ ਚੈਨਲ 'ਤੇ ਪਾ ਰੱਖੀ ਹੈ ਜੀ। ਥੋੜ੍ਹੀ ਦੇਰ ਖੀਰ ਨੂੰ ਇਸੇ ਤਰੀਕੇ ਨਾਲ ਹੀ ਪਕਾ ਲਵਾਂਗੇ। ਜੇਕਰ ਆਪਾਂ ਚੌਲਾਂ ਨੂੰ ਥੋੜ੍ਹੀ ਦੇਰ ਪਹਿਲਾਂ ਭਿਉਂ ਕੇ ਰੱਖਾਂਗੇ ਤਾਂ ਖੀਰ ਜਲਦੀ ਬਣ ਕੇ ਤਿਆਰ ਹੋਏਗੀ। ਆਪਾਂ ਚੌਲਾਂ ਨੂੰ 15 ਤੋਂ 20 ਮਿੰਟ ਦੇ ਲਈ ਭਿਉਂ ਕੇ ਰੱਖ ਸਕਦੇ ਹਾਂ। ਹੁਣ ਇਸ ਤਰੀਕੇ ਦੀ ਖੀਰ ਬਣ ਕੇ ਤਿਆਰ ਹੈ। ਵਰਤ ਦੇ ਦਿਨਾਂ ਵਿੱਚ ਇਸ ਤਰੀਕੇ ਦਾ ਹੈਲਦੀ ਖਾਣਾ ਖਾਣ ਦੇ ਨਾਲ ਆਪਣੀ ਬੋਡੀ ਦੇ ਵਿੱਚ ਕਮਜ਼ੋਰੀ ਅਤੇ ਥਕਾਵਟ ਨਹੀਂ ਆਏਗੀ। ਇਸ ਤਰੀਕੇ ਦੀ ਖੀਰ ਬਣ ਕੇ ਤਿਆਰ ਹੈ, ਠੰਡੀ ਹੋਣ ਤੋਂ ਬਾਅਦ ਗਾੜੀ ਹੋ ਜਾਏਗੀ ਆਪਣੇ ਆਪ ਹੀ। ਇਹ ਖੀਰ ਬਹੁਤ ਟੇਸਟੀ ਲੱਗਦੀ ਹੈ ਜੀ, ਤੁਸੀਂ ਇੱਕ ਵਾਰ ਇਸ ਰੈਸਪੀ ਨੂੰ ਟਰਾਈ ਕਰਕੇ ਦੇਖਿਓ। ਇਹ ਖੀਰ ਟੇਸਟੀ ਤਾਂ ਹੈ ਹੀ ਜੀ, ਹੈਲਦੀ ਵੀ ਹੈ। ਹੁਣ ਆਪਾਂ ਖੀਰ ਨੂੰ ਸਰਵ ਕਰ ਲਵਾਂਗੇ। ਬਾਊਲ ਦੇ ਵਿੱਚ ਸਰਵ ਕਰ ਲਵਾਂਗੇ ਖੀਰ ਨੂੰ। ਇਸ ਤਰੀਕੇ ਨਾਲ ਬਹੁਤ ਹੀ ਟੇਸਟੀ ਖੀਰ ਬਣਦੀ ਹੈ ਜੀ, ਤੁਸੀਂ ਵੀ ਇੱਕ ਵਾਰ ਇਸ ਰੈਸਪੀ ਨੂੰ ਟਰਾਈ ਕਰਕੇ ਦੇਖਿਓ। ਗਰਮਾ ਗਰਮ ਖੀਰ ਨੂੰ ਸਰਵ ਕਰ ਲਵਾਂਗੇ। ਖੀਰ ਉੱਪਰ ਥੋੜ੍ਹੇ ਜਿਹੇ ਡਰਾਈ ਫਰੂਟਸ ਪਾਵਾਂਗੇ। ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ। ਵੀਡੀਓ ਦੇਖਣ ਦੇ ਲਈ ਧੰਨਵਾਦ ਜੀ।